ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਤੰਬਾਕੂ ਛਡਾਓ ਕੈਂਸਰ ਭਜਾਓ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਪ੍ਰਗਟਾਵਾ ਸ਼੍ਰੀ ਪ੍ਰਦੀਪ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਨਵੇਂ ਸਿਵਲ ਹਸਪਤਾਲ ਨੇੜੇ ਬੱਬਰੀ ਬਾਈਪਾਸ ਵਿਖੇ ਮਨਾਏ ਜਾ ਰਹੇ 27ਵੇਂ ਦੰਦਾਂ ਦੇ ਪੰਦਰਵਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਅਗਰਵਾਲ ਵੱਲੋਂ ਪੇਂਟਿੰਗ ਮੁਕਾਬਲੇ ਵਿੱਚ ਅਵਰ ਰਹਿਣ ਵਾਲੀਆਂ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ। ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਾਡਾ ਜਿਹੜਾ ਸਾਡਾ ਜ਼ਿਲ੍ਹੇ ਦਾ ਹਸਪਤਾਲ ਹੈ ਉੱਥੇ ਅਸੀਂ 27ਵੇਂ ਪੰਦਰਵਾੜੇ ਦੀ ਸ਼ੁਰੂਆਤ ਕਰਾਈ ਹੈ। ਸਾਡੇ ਇੱਥੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਅਗਰਵਾਲ ਜੀ ਨੇ ਆ ਕੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਹੈ। ਸਾਡੇ ਸਿਵਲ ਸਰਜਨ ਹਰਦੀਪ ਕਈ ਜੀ ਆਏ ਨੇ ਅਤੇ ਅਸੀਂ ਇਸ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਹੈ। ਇਹਦੇ ਵਿੱਚ ਅਸੀਂ 150 ਤੋਂ ਵੱਧ ਜਿਹੜੇ ਗਰੀਬ ਬਜ਼ੁਰਗ ਹੈ ਉਹਨਾਂ ਦੇ ਦੰਦਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਹੀ ਕਰ ਚੁੱਕੇ ਹਾਂ। ਸਾਡਾ ਟੀਚਾ 11 ਤੋਂ 27 ਫਰਵਰੀ ਦੇ ਦੌਰਾਨ 300 ਤੋਂ ਵੱਧ ਸੈੱਟ ਦੇਣ ਦਾ ਹੈ। ਅਸੀਂ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਇਹਦਾ ਯੋਗਦਾਨ ਲਿਆ ਹੈ। ਅਸੀਂ ਕੁਸ਼ਟ ਆਸ਼ਰਮ ਜਾ ਰਹੇ ਹਾਂ, ਸਕੂਲਾਂ 'ਚ ਜਾ ਰਹੇ ਹਾਂ, ਜਿਹੜੇ ਸਪੈਸ਼ਲ ਚਿਲਡਰਨ ਗੂੰਗੇ ਬੋਲੇ ਬੱਚੇ ਉਹਨਾਂ ਦੇ ਸਕੂਲਾਂ ਵਿੱਚ ਜਾ ਰਹੇ ਹਾਂ, ਬਿਰਧ ਆਸ਼ਰਮਾਂ ਵਿੱਚ ਜਾ ਕੇ ਅਸੀਂ ਮਰੀਜ਼ਾਂ ਦੇ ਜਿਹੜੇ ਦੰਦਾਂ ਦੇ ਸੈੱਟ ਲਗਾਉਣੇ ਸ਼ੁਰੂ ਕਰ ਚੁੱਕੇ ਹਾਂ। ਸਾਡੇ ਕੋਲ ਪਹਿਲਾਂ ਵੀ ਮਰੀਜ਼ ਆ ਰਹੇ ਆ, ਇੱਥੋਂ ਸੇਖਵਾਂ ਤੋਂ ਵੀ ਅਸੀਂ ਜਾ ਕੇ ਕੀਤਾ ਹੈ, ਜਿਹੜਾ ਬਿਰਧ ਆਸ਼ਰਮ ਇੱਥੇ ਗੁਰਦਾਸਪੁਰ ਦਾ ਉੱਥੇ ਵੀ ਗਏ ਹਾਂ ਅਤੇ ਇਸ ਤੋਂ ਬਾਅਦ ਅਸੀਂ ਬਟਾਲੇ ਵਾਲੇ ਬਿਰਧ ਆਸ਼ਰਮ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ। ਅਤੇ ਮੇਰੀ ਲੋਕਾਂ ਅੱਗੇ ਅਪੀਲ ਹੈ ਕਿ ਉਹ ਇਸ ਪ੍ਰੋਗਰਾਮ ਦਾ, ਇਸ ਜਿਹੜੇ ਪੰਦਰਵਾੜੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਡੈਂਟਲ ਪੰਦਰਵਾੜਾ 11 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮਨਾ ਰਹੇ ਹਾਂ। ਉਹਦੇ ਵਿੱਚ ਜਿਹੜਾ ਗਰੀਬ ਜਿਹੜੇ ਪਰਿਵਾਰ ਉਹਨਾਂ ਦੇ ਬਜ਼ੁਰਗ ਬੰਦੇ ਜਿਨ੍ਹਾਂ ਦੇ ਡੈਂਟਲ ਦੀ ਲੋੜ ਹੈ, ਆਰਟੀਫਿਸ਼ਲ ਡੈਂਚਰ ਦੀ ਲੋੜ ਹੈ, ਉਹਨੂੰ ਅਸੀਂ ਦੇਵਾਂਗੇ ਫ੍ਰੀ ਆਫ ਕੋਸਟ। ਔਰ ਇਸ ਵਾਰ ਜਿਹੜਾ ਸਰਕਾਰ ਵੱਲੋਂ 155 ਡੈਂਚਰ ਦਾ ਜਿਹੜਾ ਟੀਚਾ ਮਿੱਥਿਆ ਗਿਆ, ਬਾਕੀ ਸਾਡੇ ਇੱਥੇ ਇਸ ਵੱਡਾ ਜ਼ਿਲ੍ਹਾ ਹੋਣ ਕਰਕੇ ਡਿਮਾਂਡ ਜ਼ਿਆਦਾ, ਅਸੀਂ ਕੁਛ NGO ਦੀ ਵੀ ਮਦਦ ਲੈ ਕੇ ਕੁਛ ਤੋਰ ਆਪਣੇ ਕੋਲੋਂ ਕਰਕੇ ਅਤੇ ਅਸੀਂ ਸਾਡਾ ਟੀਚਾ ਜਿਹੜਾ ਅਸੀਂ 2200 ਤੋਂ ਵੱਧ ਜਿਹੜਾ ਡੈਂਚਰ ਜਿਹੜਾ ਲੋਕਾਂ ਨੂੰ ਦੇਵਾਂਗੇ। ਇਸ ਤੋਂ ਇਲਾਵਾ ਜਿਹੜਾ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦਾ ਡੈਂਟਲ ਹੈਲਥ ਚੈੱਕਅਪ ਦੌਰਾਨ ਕਰਾਂਗੇ, ਜਿੱਥੇ ਲੈਪਰਸੀ ਕਲੋਨੀ ਹੈ ਜਿੱਥੇ ਉੱਥੇ ਵੀ ਜਾਵਾਂਗੇ, ਔਰ ਜਿਹੜੇ ਓਲਡ ਏਜ ਹੋਮ ਦੇ ਵਿੱਚ ਉੱਥੇ ਵੀ ਜਾ ਕੇ ਅਸੀਂ ਜਿਹੜਾ ਇਹ ਸਾਰਾ ਪ੍ਰੋਗਰਾਮ ਕਰਾਂਗੇ, ਲੋਕਾਂ ਨੂੰ ਅਵੇਅਰਨੈਸ ਜਿਹੜੀ ਡੈਂਟਲ ਦੀ ਉਹ ਦੇਵਾਂਗੇ। ਸਾਹਿਬ ਦਿਆਲ, ਦਿਵਿਆ ਪੰਜਾਬ TV, ਗੁਰਦਾਸਪੁਰ।